ਬਾਅਦ ਨਿਊਜ਼ ਟੀ ਵੀ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇੱਕ ਆਮ ਆਦਮੀ ਪਾਰਟੀ ਧੂਰੀ ਵੱਲੋਂ ਇੱਕ ਵਿਸ਼ਾਲ ਝਾੜੂ ਮਾਰਚ ਕੀਤਾ ਗਿਆ, ਜਿਸ ਵਿੱਚ ਕਿ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਸਾਡਾ ਪੂਰਾ ਦੇਸ਼ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ, ਉਸ ਪ੍ਰਕਾਰ ਉਸ ਦਲਦਲ ਨੂੰ ਦੂਰ ਕਰਨ ਲਈ, ਉਸ ਦਲਦਲ ਦੀ ਰਿਸ਼ਵਤਖੋਰੀ ਦੀ ਸਫਾਈ ਕਰਨ ਲਈ, ਜਿਸ ਤਰ੍ਹਾਂ ਕਿ ਆਪਣੇ ਘਰ ਲਈ ਝਾੜੂ ਦੀ ਜ਼ਰੂਰਤ ਹੈ ਸਫਾਈ ਕਰਨ ਵਾਸਤੇ, ਉਸੇ ਤਰ੍ਹਾਂ ਹੀ ਇਸ ਦਲਦਲ ਨੂੰ ਸਾਫ਼ ਕਰਨ ਵਾਸਤੇ ਉਹਨਾਂ ਦੁਆਰਾ ਇੱਕ ਪੂਰੇ ਪੰਜਾਬ ਵਿੱਚ ਇੱਕ ਰੈਲੀ ਕੱਢੀ ਗਈ ਆਮ ਆਦਮੀ ਪਾਰਟੀ ਦੁਆਰਾ, ਜੋ ਕਿ ਦਰਸਾਉਣਾ ਚਾਹੁੰਦੇ ਸਨ ਕਿ ਅਸੀਂ ਇਹ ਝਾੜੂ ਫੇਰ ਕੇ ਹੀ ਸਫਾਈ ਕਰਨੀ ਹੈ ਅਤੇ ਇਹ ਜੋ ਦਲਦਲ ਦੇ ਵਿੱਚ ਸਾਡਾ ਪੰਜਾਬ ਧੱਸਦਾ ਜਾ ਰਿਹਾ ਅਤੇ ਉਸ ਦੀ ਸਫਾਈ ਕਰਨੀ ਹੈ। ਇਸ ਵਾਰ ਆਮ ਆਦਮੀ ਪਾਰਟੀ ਫਸਟ ਵਾਰ ਜੋ ਮਿਊਂਸਪਲ ਕਮੇਟੀ ਦੀਆਂ ਚੋਣਾਂ ਲੜਨ ਜਾ ਰਹੀ ਹੈ, ਉਹਨਾਂ ਵੱਲੋਂ ਇਹ ਇੱਕ ਸੰਘਰਸ਼ ਵਿੱਢਿਆ ਗਿਆ ਹੈ, ਜੋ ਕਿ ਅੱਜ ਆਮ ਆਦਮੀ ਪਾਰਟੀ ਧੂਰੀ ਵੱਲੋਂ ਇੱਕ ਮਾਰਚ ਕੀਤਾ ਗਿਆ, ਜੋ ਕਿ ਗੁਰੂ ਤੇਗ ਬਹਾਦਰ ਨਗਰ ਦਸ਼ਮੇਸ਼ ਨਗਰ ਤੋਂ ਸਟਾਰਟ ਹੋ ਕਰਕੇ ਪੂਰੇ ਸ਼ਹਿਰ ਦਾ ਰਾਉਂਡ ਲਗਾਇਆ ਅਤੇ ਵਾਪਸ ਉਹ ਦਸ਼ਮੇਸ਼ ਨਗਰ ਵਿੱਚ ਸਮਾਪਤ ਕੀਤਾ ਗਿਆ। ਆਗਾਜ਼ ਕੀਤਾ ਗਿਆ ਜੋ ਲੰਮੇ ਸਮੇਂ ਤੋਂ ਲਾ ਕੇ ਇਹ ਰਾਜਨੀਤਿਕ ਜਿਹੜਾ ਗੱਠਜੋੜ ਗੰਦ ਪਾਇਆ ਹੋਇਆ, ਉਹਨਾਂ ਨੂੰ ਗੰਦ ਨੂੰ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ 'ਚ ਝਾੜੂ ਮਾਰਚ ਕਰਿਆ। ਅਸੀਂ ਧੂਰੀ ਦੇ ਵਿੱਚ ਵੀ ਦਸ਼ਮੇਸ਼ ਨਗਰ ਤੋਂ ਸ਼ੁਰੂ ਹੋ ਕੇ ਸਾਰੇ ਬਾਜ਼ਾਰ ਦੇ ਵਿੱਚ ਵੀ ਹੁੰਦੇ ਹੋਏ ਲਾਸਟ ਸਾਰੇ ਜਿਹੜੇ ਸਾਡੇ ਹੈਗੇ ਆ ਕੈਂਡੀਡੇਟ ਨੂੰ ਉਹਨਾਂ ਨਾਲ ਲੈ ਕੇ ਸਾਰੇ ਸ਼ਹਿਰ 'ਚ ਮਾਰਚ ਕਰ ਰਹੇ ਹਾਂ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਬੜਾ ਲੰਮਾ ਸਮਾਂ ਤੁਸੀਂ ਇਹ ਦੋਨੇ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਲਈਆਂ, ਇਸ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਦਿੱਲੀ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਕੰਮ ਕਰਾਊਗੀ, ਦਿੱਲੀ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਲੋਕਾਂ ਦੇ ਮਸਲਿਆਂ ਦਾ ਹੱਲ ਕਰੂਗੀ। ਇੱਕ ਤੁਹਾਡਾ ਇੱਕ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅਲਵਿਦਾ ਕਹਿ ਕੇ ਆਮ ਪਾਰਟੀ ਵਿੱਚ ਸ਼ਾਮਲ ਹੋਇਆ, ਚੱਠਾ ਪਰਿਵਾਰ ਜੋ ਕਿ ਕੱਟੜ ਕਾਂਗਰਸੀ ਦੀ, ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ, ਕੀ ਕਾਰਨ ਹੋ ਸਕਦੇ ਨੇ? ਦੇਖੋ, ਅਸੀਂ ਸਮਝਦੇ ਹਾਂ ਵੀ ਬਹੁਤ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਨੂੰ ਸਮਝ ਰਹੇ ਨੇ, ਆਮ ਆਦਮੀ ਪਾਰਟੀ ਵੱਲ ਲੋਕ ਵੱਡੀ ਗਿਣਤੀ ਵਿੱਚ ਆ ਰਹੇ ਨੇ, ਬੜੇ ਬੜੇ ਚਿਹਰੇ ਆਉਣੇ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਦਿਨ ਭਰ ਦਿਨ ਮਾਹੌਲ ਬਣ ਰਿਹਾ, ਲੋਕ 2022 ਦੀ ਇਲੈਕਸ਼ਨ ਨੂੰ ਦੇਖ ਕੇ ਆਮ ਆਦਮੀ ਪਾਰਟੀ ਵੱਲ ਆ ਰਿਹਾ, ਪਰ ਕਾਂਗਰਸ ਪਾਰਟੀ ਜਿੱਥੇ ਮਿਊਨਸਪਾਲਟੀਆਂ ਦੇ ਵਿੱਚ ਕੈਂਡੀਡੇਟ ਚੇਂਜ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਦੇ, ਸਾਡੇ ਕੈਂਡੀਡੇਟ ਬੜੇ ਹੌਸਲੇ ਦੇ ਨਾਲ ਧੂਰੀ ਵਿੱਚ ਲੜਾਈ ਲੜ ਰਹੇ ਹਾਂ। ਸਿਆਸੀ ਪਾਰਟੀਆਂ ਨੇ, ਦੋਵਾਂ ਰਵਾਇਤੀ ਪਾਰਟੀਆਂ ਨੇ ਸਿਆਸੀ ਗੰਦ ਪਾਇਆ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਝਾੜੂ ਨੇ ਸਫਾਈ ਕੀਤੀ ਹੈ, ਅਸੀਂ ਪੰਜਾਬ ਦੇ ਵਿੱਚ ਇਹ ਸਿਆਸੀ ਗੰਦ ਦੀ ਭ੍ਰਿਸ਼ਟਾਚਾਰ ਦੀ ਸਫਾਈ ਕਰਾਂਗੇ। ਔਰ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਮਾਨਦਾਰ ਚੰਗੇ ਲੋਕਾਂ ਨੂੰ ਚੁਣ ਕੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ, ਤਾਂ ਕਿ ਧੂਰੀ ਸ਼ਹਿਰ ਦੀ ਜਿਹੜੀ ਇੰਨਾ ਮਾੜਾ ਹਾਲ ਹੈ ਉਹਦੀ